ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਇਹਨਾਂ ਪਿੰਡਾਂ ਦੇ ਜੰਮੇ ਜਾਏ, ਕਿਸਾਨ ਦੀ, ਮਜ਼ਦੂਰ ਦੀ, ਨੌਜਵਾਨ ਦੀ, ਸਾਰਿਆਂ ਦੀ ਉਹਨਾਂ ਨੂੰ ਦਿੱਕਤ ਪਤਾ। ਮੈਂ ਸਾਡੇ ਆਪਣੇ ਹਲਕੇ ਦਾ ਪਿੰਡ ਸੈਣਾ, ਉੱਥੇ 51 ਲੱਖ ਰੁਪਏ ਨਾਲ ਜਿਹੜਾ ਗਰਾਊਂਡ ਦਾ ਕੰਮ ਚੱਲ ਰਿਹਾ। ਉੱਗੋ ਕੇ ਪਿੰਡ 46 ਲੱਖ ਰੁਪਏ ਨਾਲ ਗਰਾਊਂਡ ਦਾ ਜਿਹੜਾ ਕੰਮ ਚੱਲ ਰਿਹਾ। ਆਪਾਂ ਜਿੱਥੇ ਖੜ੍ਹੇ ਹਾਂ ਮੋੜ ਲਾਭੇ, ਇੱਥੇ ਸਕੂਲ ਦੇ ਕੋਲ ਗਰਾਊਂਡ ਆ 2 ਕਿੱਲਿਆਂ ਦਾ, ਅਤੇ 2.5 ਕਿੱਲੇ ਹੋਰ ਉਹਦੇ 'ਚ ਐਡ ਕਰਨ ਵਾਸਤੇ ਆਪਾਂ ਜਿਹੜਾ ਐਜੂਕੇਸ਼ਨ ਦੇ ਜਿਹੜਾ DPI ਨੂੰ ਲਿਖਿਆ ਹੋਇਆ ਕਿ 4.5 ਕਿੱਲੇ ਉੱਥੇ ਬਣਾ ਕੇ ਆਪਾਂ 400 ਮੀਟਰ ਦਾ ਟਰੈਕ ਬਣਾਈਏ। ਕਈ ਪਿੰਡ ਇਸ ਤਰ੍ਹਾਂ ਦੇ ਆ ਜਿੱਥੇ ਜ਼ਮੀਨ ਹੈ ਨਹੀਂ, ਜਿੱਥੇ ਜ਼ਮੀਨ ਹੈਗੀ ਆ ਸਾਡਾ ਪੂਰਾ ਜ਼ੋਰ ਲੱਗਿਆ ਹੋਇਆ ਕਿ ਉਹਨਾਂ ਨੂੰ ਉੱਥੇ ਗਰਾਊਂਡ ਬਣਾਈਏ। ਅਤੇ ਐਸੇ ਸਾਲ ਦੇ ਵਿੱਚ ਅਸੀਂ ਘੱਟੋ ਘੱਟ 4 ਜਾਂ 5 ਜਿਹੜੇ ਚੰਗੇ ਗਰਾਊਂਡ ਨੇ, ਇਹ ਨਹੀਂ ਗਾ ਕਿ ਸਿਰਫ ਜ਼ਮੀਨ ਨੂੰ ਪੱਧਰਾ ਕਰਕੇ, 5 ਜਾਂ 6 ਅਸੀਂ ਇਹੋ ਜਿਹੇ ਚੰਗੇ ਗਰਾਊਂਡ ਬਣਾਵਾਂਗੇ ਜਿਹੜੇ ਤੁਸੀਂ ਆ ਕੇ ਕਵਰ ਕਰੋਗੇ, ਰਾਤ ਨੂੰ ਵੀ ਉਹਦਾ ਵਿਊ ਦੇਖੋਗੇ ਤਾਂ ਰਾਤ ਨੂੰ ਵੀ ਬੰਦਾ ਉੱਥੇ ਜਾ ਕੇ, ਜਿਹੜੇ ਨੌਜਵਾਨਾਂ ਨੇ ਖੇਡਣਾ ਰਾਤ ਨੂੰ ਵੀ ਜਾ ਕੇ ਉੱਥੇ ਖੇਡ ਸਕਦਾ। ਚਲੋ ਵੈਸੇ ਤਾਂ ਸਵੇਰੇ ਸ਼ਾਮ ਨੂੰ ਖੇਡਣਾ। ਇਹਨਾਂ ਲੋਕਾਂ ਨੇ ਮੈਨੂੰ ਚੁਣਿਆ ਅਤੇ ਇਹਨਾਂ ਦੇ ਸਿਰ ਸੁਰਾ ਬੰਨਾਂਗੇ ਕਿ ਪੂਰੇ ਪੰਜਾਬ ਦੇ ਵਿੱਚੋਂ ਜੇ ਸਭ ਤੋਂ ਵੱਧ ਗਰਾਊਂਡ, ਸਭ ਤੋਂ ਵੱਧ ਲਾਇਬ੍ਰੇਰੀਆਂ ਹੋਣਗੀਆਂ ਉਹ ਸਾਡੇ ਭਦੌੜ ਹਲਕੇ 'ਚ ਹੋਣਗੀਆਂ, ਤਾਂ ਕਿ ਨੌਜਵਾਨਾਂ ਨੂੰ ਅਸੀਂ ਚੰਗੇ ਪਾਸੇ ਲੈ ਕੇ ਜਾ ਸਕੀਏ। ਔਰ ਮੈਂ ਜ਼ਿੰਦਗੀ ਦੇ ਵਿੱਚ ਕਦੇ ਕੋਈ ਨਸ਼ਾ ਨਹੀਂ ਕਰਿਆ ਅਤੇ ਮੈਨੂੰ ਖੁਦ ਨਸ਼ੇ ਤੋਂ ਬਹੁਤ ਸਖਤ ਨਫ਼ਰਤ ਹੈ। ਹਲਕੇ ਦੇ ਕਿਸੇ ਵੀ ਪਿੰਡ ਨੂੰ ਕ੍ਰਿਕਟ ਦੀ 1-2 ਕਿੱਟਾਂ ਚਾਹੀਦੀਆਂ, ਜਾਂ ਉਹਨਾਂ ਨੂੰ ਵਾਲੀਬਾਲ ਦੀਆਂ ਕਿੱਟਾਂ ਚਾਹੀਦੀਆਂ, ਜਾਂ ਨੈੱਟਬੋਲ ਦੀਆਂ ਉਹਨਾਂ ਨੂੰ ਕਿੱਟਾਂ ਚਾਹੀਦੀਆਂ, ਤਾਂ ਮੈਨੂੰ ਆ ਕੇ ਵਿੱਚ ਕੇ ਦੱਸਣ। 1 ਹਫ਼ਤੇ ਦੇ ਵਿੱਚ ਉਹਨਾਂ ਨੂੰ ਕ੍ਰਿਕਟ ਦੀਆਂ, ਵਾਲੀਬਾਲ ਦੀਆਂ ਕਿੱਟਾਂ ਉਹਨਾਂ ਦੇ ਪਿੰਡ ਪਹੁੰਚ ਜਾਣਗੀਆਂ। ਮੈਂ ਨਸ਼ਾ ਵੇਚਣ ਵਾਲੇ ਨੂੰ ਇੱਕ ਚੀਜ਼ ਕਹਿਣਾ ਚਾਹੁੰਦਾ ਕਿ ਦੇਖੋ, ਜ਼ਿੰਦਗੀ ਜੇ ਅੱਜ ਤੁਸੀਂ ਆਪਣੇ ਘਰ ਭਰਨਾ ਚਾਹੁੰਦੇ ਹੋ, ਕਿਤੇ ਨਾ ਕਿਤੇ ਉਹ ਚੀਜ਼ ਆਉਣ ਵਾਲੇ ਸਮੇਂ 'ਚ ਤੁਹਾਡੇ ਬੱਚਿਆਂ ਦੇ ਸਾਹਮਣੇ ਆਊਗੀ। ਜੇ ਅਸੀਂ ਕਿਸੇ ਦੇ ਘਰ ਅੱਗ ਲਾਉਂਦੇ ਹਾਂ ਜਾਂ ਕਿਸੇ ਦੇ ਘਰ ਜ਼ਹਿਰ ਘੋਲਦੇ ਹਾਂ, ਤਾਂ ਉਹਦਾ ਖਮਿਆਜ਼ਾ ਸਾਨੂੰ ਭੁਗਤਣਾ ਪੈਣਾ, ਔਰ ਸਰਕਾਰ ਵੱਲੋਂ ਬਖਸ਼ਿਆ ਨਹੀਂ ਜਾਊਗਾ, ਚਾਹੇ ਉਹ ਸਾਡਾ ਹੀ ਕੋਈ ਬੰਦਾ ਅਤੇ ਜਿਹੜੇ ਪਹਿਲਾਂ ਵੇਚਦੇ ਆ, ਤਾਂ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ।